ਲਓ ਜੀ, ਕੁਕਿੰਗ ਸਟਾਰਟ ਕਰਨ ਤੋਂ ਪਹਿਲਾਂ ਹਮੇਸ਼ਾ ਹੀ ਆਪਣੇ ਗੁਰੂ ਮਹਾਰਾਜ ਨੂੰ, ਆਪਣੇ ਮਹਿਸ਼ ਨੂੰ, ਮਾਤਾ ਅੰਨਪੂਰਨਾ ਨੂੰ, ਜਿਹਦੇ ਵਿੱਚ ਵੀ ਤੁਹਾਡਾ ਵਿਸ਼ਵਾਸ ਹੈ, ਜ਼ਰੂਰ ਮੱਥਾ ਟੇਕੋ। ਅਤੇ ਕੁਦਰਤੀ ਖਾਣੇ ਦੇ ਵਿੱਚ ਸਵਾਦ ਆਉਂਦਾ ਹੀ ਆਉਂਦਾ, ਚਾਹੇ ਘਰ ਦੇ ਵਿੱਚ ਆ, ਬਾਹਰ ਆ, ਕਿਤੇ ਵੀ ਆ, ਗੁਰੂ ਮਹਾਰਾਜ ਨੂੰ ਧਿਆ ਕੇ, ਕਿਉਂਕਿ ਉਹਨਾਂ ਦਾ ਹੀ ਦਿੱਤਾ ਅਸੀਂ ਖਾਂਦੇ ਹਾਂ। ਅਤੇ ਪਹਿਲਾਂ ਮਾਹੌਲ ਉੱਧਰ ਦਾ ਸਿਰ ਚਲਾਉਣਾ ਚਾਹੀਦਾ, ਅਤੇ ਮਾਲਕ ਦਾ ਸ਼ੁਕਰਾਨਾ ਕਰਕੇ ਹੀ ਕੰਮ ਦਾ ਆਗਾਜ਼ ਕਰਨਾ ਚਾਹੀਦਾ। ਲਓ ਜੀ, ਫੂਡ ਬਣਾਉਣ ਤੋਂ ਪਹਿਲਾਂ ਸਾਰਾ ਸਮਾਨ, ਮਸਾਲੇ ਮਸੂਲੇ ਸਾਰੇ ਤੁਹਾਡੇ ਕੋਲ ਹੋਣੇ ਚਾਹੀਦੇ ਆ, ਅਤੇ ਐਨ ਸਾਰੀ ਤਿਆਰੀ ਹੋਣੀ ਚਾਹੀਦੀ ਆ, ਸਾਫ਼ ਸਫਾਈ ਦਾ ਵੀ ਪੂਰਾ ਧਿਆਨ ਰੱਖਣਾ ਹੈ। ਅਤੇ ਇੱਦਾਂ ਨਹੀਂ ਕਿ ਲੂਣ ਰਹਿ ਗਿਆ, ਉਹ ਹਲਦੀ ਲਿਆ, ਮਸਾਲਾ ਲਿਆ, ਆਹ ਲਿਆ, ਉਹ ਲਿਆ, ਇੱਦਾਂ ਦਾ ਕੰਮ ਨਹੀਂ ਕਰਨਾ। ਅਤੇ ਸਾਰਾ ਕੰਮ ਜਿਹੜਾ ਮਿਊਜ਼ਿਕ ਦਾ ਵੀ ਪੂਰਾ ਆਨੰਦ ਜਿਹੜਾ ਪੂਰਾ ਲੈਣਾ ਆ। ਅਤੇ ਸਾਰਾ ਜਦੋਂ ਪੂਰਾ ਰੈਡੀ ਹੋ ਗਿਆ, ਫਿਰ ਕਾਰਵਾਈ ਜਿਹੜੀ ਸ਼ੁਰੂ ਕਰਨੀ ਕਾਰਵਾਈ। ਸ਼ੁਰੂ ਕੀਤੀਆਂ ਰਸ ਬੰਨਿਆ ਨਾਲ ਸੰਗਤ ਗਾਉਂਦੀ ਆ, ਜਥੇ ਗਾਉਂਦੇ ਆ, ਕੁਦਰਤ ਗਾਉਂਦੀ ਆ। ਉਹ ਪੜਿਆ ਕਰਦੇ ਸੀ, ਉਹ ਕਹਿੰਦੇ ਹੁੰਦੇ ਸੀ ਕਦੇ ਤਾਂ ਸਾਨੂੰ ਭੁੱਖੇ ਸੁਣਦੇ, ਕਦੇ ਖੁਸ਼ਬੂ ਲੈਂਦੇ ਖੀਰਾਂ ਦੀ, ਬਾਬਾ ਮੌਜ ਫਕੀਰਾਂ ਦੀ, ਬਾਬਾ ਮੌਜ ਫਕੀਰਾਂ ਦੀ, ਨਾਲ ਨਾਲ ਨਵੇਂ ਨਵੇਂ ਤੁਹਾਨੂੰ ਜਿਹੜੀ ਰੈਸਪੀ ਦੇ ਆਈਡੀਆ ਮਿਲ ਜਾਣੇ ਇੱਕ ਪੈਕਟ ਨਾਲ। ਸਿੱਖ ਵੀ ਤੂੰ, ਮੁਸਲਿਮ ਵੀ ਤੂੰ।
ਇੱਥੇ ਪੜ੍ਹਦੀ ਹੈ ਵੇਖ ਪਈ ਪਾਲੀਆ